ਨਮਸਕਾਰ ਇਹ ਆਕਾਸ਼ਵਣੀ ਜਲੰਧਰੀ ਹੁਣ ਤੁਸੀਂ ਸਰਬਜੀਤ ਕੌਰ ਤੋਂ ਖਬਰਾਂ ਸੁਣਾਓ ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ ਲੋਕ ਸਭਾ ਚੋਣਾਂ ਦੇ ਪੰਜਵੇਂ ਗੀੜ ਲਈ ਕਲਬੋਟਾ ਅਮਨਪੁਰਨ ਟੰਗਨਾਲ ਪਈਆਂ ਇਸ ਗੀੜ ਦੀ ਪੋਲਿੰਗ ਚ ਕੋਈ 60% ਤੋਂ ਵੱਧ VOTING ਦਰਜ ਕੀਤੀ ਗਈ ਹੈ ਚੋਣਾਂ ਦੇ ਬਾਕੀ ਗੀੜਾਂ ਲਈ ਤਿੱਖਾ ਪ੍ਰਚਾਰ ਜ਼ੋਰਾਂ ਤੇ ਹੈ ਪ੍ਰਧਾਨ ਮੰਤਰੀ ਦੇ ਪਾਰਸ਼ਵਾਦੀ ਸੀਨੀਅਰ ਨੇਤਾ ਨਰਿੰਦਰ ਮੋਦੀ ਅਜ ਆਪਣੇ ਪਾਰਲੀਮੈਂਟ ਦੇ ਖੇਤਰ ਵਾਰਣਾ ਸੀ ਵਿੱਚ 25000 ਤੋਂ ਵੱਧ ਔਰਤਾਂ ਨਾਲ ਗੱਲਬਾਤ ਕਰਨਗੇ ਭਾਰਤ ਨੇ ਈਰਾਨ ਦੇ ਰਾਸ਼ਟਰਪਤੀ ਡਾਕਟਰ ਸਯਦ ਇਬਰਾਹਿਮ ਰਾਈਸੀ ਅਤੇ ਵਿਦੇਸ਼ ਮੰਤਰੀ ਹੁਸੈਨ ਅਮੀਰ ਅਬਦੁੱਲਾਯਾਨ ਦੀ ਹੈਲੀਕਾਪਟਰ ਹਾਦਸੇ ਵਿੱਚ ਹੋਈ ਮੌਤ ਤੇ ਸਨਮਾਨ ਵਜੋਂ ਅੱਜ ਇੱਕ ਦਿਨ ਦੀ ਸਰਕਾਰੀ ਸੋਗ ਦਾ ਐਲਾਨ ਕੀਤਾ ਹੈ ਤੇ ਆਈਪਲ ਕ੍ਰਿਕਟ ਵਿੱਚ ਅਜ ਪਹਿਲੇ ਕੁਆਲੀਫਾਇਰ ਵਿੱਚ ਸਨਰਾਈਜ਼ਰਸ ਹైదరాబాద్ ਦਾ ਕੋਲਕਾਤਾ ਨਾਈਟ ਰਾਈਡਰਸ ਨਾਲ ਮੁਕਾਬਲਾ ਹੋਏਗਾ ਫਾਈਨਲ ਮੈਚ ਐਤਵਾਰ ਨੂੰ ਖੇਡਿਆ ਜਾਏਗਾ ਹੁਣ ਖਬਰਾਂ ਵਿਸਥਾਰ ਨਾਲ ਲੋਕ ਸਭਾ ਚੋਣਾਂ ਦੇ 5ਵੇਂ ਗੀਲ ਲਈ ਕੱਲ ਵੋਟਾਂ ਅਮਨਪੁਰਨ ਢੰਗ ਨਾਲ ਪਈਆਂ ਇਸ ਗੀੜਤੀ ਪੋਲਿੰਗ ਚ ਕੋਈ 60 ਫੀਸਦੀ ਤੋਂ ਵੱਧ ਵੋਟਿੰਗ ਦਰਜ ਕੀਤੀ ਗਈ ਇਸ ਗੀੜ ਵਿੱਚ 6 ਰਾਜਾਂ ਅਤੇ 2 ਕੇਂਦਰ ਪ੍ਰਬੰਧਿਤ ਪ੍ਰਦੇਸ਼ਾਂ ਵਿੱਚ ਫੈਲੇ 49 ਸੰਸਦੀ ਹਲਕਿਆਂ ਨੂੰ ਕਵਰ ਕੀਤਾ ਗਿਆ ਇਹਨਾਂ ਵਿੱਚ ਉੱਤਰ ਪ੍ਰਦੇਸ਼ ਵਿੱਚ 14 ਮਹਾਰਾਸ਼ਟਰ ਵਿੱਚ 13 ਪੱਛਮੀ ਬੰਗਾਲ ਵਿੱਚ 7 오ਡੀਸ਼ਾ ਅਤੇ ਬਿਹਾਰ ਵਿੱਚ 5-5 ਝਾਰਖੰਡ ਵਿੱਚ 3 ਅਤੇ ਕੇਂਦਰ ਪ੍ਰਬੰਧਿਤ ਪ੍ਰਦੇਸ਼ਾਂ ਜੰਮੂ ਕਸ਼ਮੀਰ ਤੇ ਲਦਾਖ ਵਿੱਚ 1-1 ਸੀਟ ਸ਼ਾਮਿਲ ਹੈ ਜੰਮੂ ਕਸ਼ਮੀਰ ਦੇ ਬਾਰਾਮੁਲਾ ਵਿੱਚ મતદાન ਪੂਰੀ ਤਰ੍ਹਾਂ ਸ਼ਾਂਤੀਪੂਰਨ ਰਿਹਾ 857 ਫੀਸਦੀ ਤੋਂ ਵੱਧ મતદાન ਹੋਇਆ ਜੋ ਕਿ 35 ਸਾਲਾਂ ਵਿੱਚ ਸਭ ਤੋਂ ਵੱਧ ਦਰਜ ਹੋਇਆ ਮਤਦਾਨੇ ਵਿਹਾਰ ਵਿੱਚ ਲਗਭਗ 55 ਫੀਸਦੀ ਚਾਰਖੜ ਵਿੱਚ 68 ਫੀਸਦੀ ਲਦਾਖ ਵਿੱਚ ਲਗਭਗ 70 ਫੀਸਦੀ ਮਹਾਰਾਸ਼ਟਰ ਵਿੱਚ 59 ਫੀਸਦੀ ਓਡੀਸ਼ਾ ਵਿੱਚ 69 ਫੀਸਦੀ ਤੋਂ ਵੱਧ ਉੱਤਰ ਪ੍ਰਦੇਸ਼ ਵਿੱਚ 58 ਫੀਸਦੀ ਅਤੇ ਪੱਛਮੀ ਬੰਗਾਲ ਚ ਲਗਭਗ 76 ਫੀਸਦੀ VOTING ਦਰਜ ਕੀਤੀ ਗਈ ਇਸ ਗੇੜ ਦੀ ਸਮਾਪਤੀ ਦੇ ਨਾਲ ਹੁਣ 25 ਰਾਜਾਂ ਤੇ ਕੇਂਦਰ ਪ੍ਰਬੰਧਿਤ ਪ੍ਰਦੇਸ਼ਾਂ ਤੇ 428 ਪਾਰਲੀਮੈਂਟੀ ਹਲਕਿਆਂ ਵਿੱਚ ਆਮ ਚੋਣਾਂ ਲਈ ਪੋਲਿੰਗ ਮੁਕੰਮਲ ਹੋ ਗਈ ਹੈ। ਅਰੁਣਾਚਲ ਪ੍ਰਦੇਸ਼, ਸਿੱਕਮ, ਆਂਧਰਾ ਪ੍ਰਦੇਸ਼ ਦੀਆਂ ਰਾਜ ਵਿਧਾਨ ਸਭਾਵਾਂ ਤੇ ਓਡੀਸ਼ਾ ਰਾਜ ਵਿਧਾਨ ਸਭਾ ਦੀਆਂ 63 ਵਿਧਾਨ ਸਭਾ ਸੀਟਾਂ ਲਈ ਵੀ ਪੋਲਿੰਗ ਮੁਕੰਮਲ ਹੋ ਗਈ ਹੈ। ਇਹ ਜ਼ੋਰਾں ਚੋੜਾਂ ਦੇ ਬਾਕੀ ਗੇੜਾਂ ਲਈ ਤਿੱਖਾ ਪ੍ਰਚਾਰ ਜ਼ੋਰਾਂ ਤੇ ਹੈ ਛੇਵੇਂ ਗੇੜ ਦੇ ਚੋਣ ਪ੍ਰਚਾਰ ਲਈ ਸਿਰਫ 2 ਦਿਨ ਬਾਕੀ ਰਹਿ ਗਏ ਨੇ ਤੇ ਸਾਰੀਆਂ ਸਿਆਸੀ ਪਾਰਟੀਆਂ ਵੋਟਰਾਂ ਦੀ ਹਮਾਇਤ ਹਾਸਲ ਕਰਨ ਦੀ पूरी कोशिश कर रही ने प्रधानमंत्री भाजपा के सीनियर नेता नरेन्द्र मोदी अज अपने पार्लियामानी खेत्र वाराणसी च पच्ची हजार तद तो और गलत करें संपूर्ण अनंत संस्कृत यूनिवर्सिटी विखे मातृ शक्ति सम्मेलन दौरान औरतों चौकी गृहणिया डॉ अध्यापक कारोबारी वकील एथलीट ने नाल बात श्री मोदी वाराणसी तो तीजी बार चो लड़ रहे ने कांग्रेस समाजवादी पार्टी गठजोड़ उम्मीदवार अजय राय उन्ह खिलाफ खड़े ਵਰਣਸੀ ਵਿੱਚ ਪਹਿਲੀ ਜੋਨ ਨੂੰ ਵੋਟਾਂ ਪੈਣਗੀਆਂ ਪ੍ਰਧਾਨ ਮੰਤਰੀ ਤੇ ਭਾਜਪਾ ਦੇ ਸੀਨੀਅਰ ਨੇਤਾ ਨਰਿੰਦਰ ਮੋਦੀ ਅੱਜ ਵਿਹਾਰ ਵਿੱਚ ਦੋ ਜਨ ਸਭਾਵਾਂ ਨੂੰ ਸੰਬੋਧਨ ਕਰਨਗੇ ਉਹ ਪਹਿਲਾ ਮੋਦੀ ਹਰੀਜਾਨਗ ਜਿੱਥੇ ਉਹ ਭਾਸ਼ਾਪਾ ਉਮੀਦਵਾਰ ਦੀ ਹਮਾਇਤ ਵਿੱਚ ਪੂਰਬੀ ਚੰਪਰਨ ਲੋਕ ਸਭਾ ਹਲਕੇ ਦੇ ਗਾਂਧੀ ਮੈਦਾਨ ਵਿੱਚ ਝੋਨ ਰੈਲੀ ਕਰਨਗੇ ਪ੍ਰਧਾਨ ਮੰਤਰੀ ਦੀ ਦੂਜੀ ਰੈਲੀ ਅੱਜ ਦੁਪਹਿਰ ਬਾਅਦ ਮਹਾਰਾਜ ਕਾਂਜ ਸੰਸਦੀ ਖੇਤਰ ਦੇ ਤਹਿਤ ਪੈਂਦੇ ਗੋਰੀਆ ਕੋਠੀ ਵਿੱਚ ਹੋਈਗੀ ਸ਼੍ਰੀ ਮੋਦੀ ਵਿਹਾਰ ਤੇ ਦੋ ਦਿਨਾਂ ਦੌਰੇ ਤੇ ਬੀਤੀ ਸ਼ਾਮ ਪਟਨਾ ਪੁੱਜੇ ਨੇ। ਉਹਨਾਂ ਨੇ ਪ੍ਰਦੇਸ਼ ਭਾਜਪਾ ਪ੍ਰਧਾਨ ਸਮਰਾਟ ਚੌਧਰੀ ਅਤੇ ਹੋਰ ਸੀਨੀਅਰ ਨੇਤਾਵਾਂ ਦੀ ਮੌਜੂਦਗੀ ਵਿੱਚ ਪਟਨਾ ਸਿਧ ਪ੍ਰਦੇਸ਼ ਭਾਜਪਾ ਸਦਰ ਮੁਕਾਮ ਤੇ ਪਾਰਟੀ ਵਰਕਰਾਂ ਦੀ ਬੈਠਕ ਕੀਤੀ। ਉਹਨਾਂ ਨੇ ਲੋਕ ਸਭਾ ਚੋਣਾਂ ਦੇ ਬਾਕੀ ਢੇੜਾਂ ਲਈ ਰਣਨੀਤੀ ਬਾਰੇ ਚਰਚਾ ਕੀਤੀ। ਪ੍ਰਧਾਨ ਮੰਤਰੀ ਨੇ ਭਾਜਪਾ ਦੇ ਸਾਥਕ ਕਸੀਨੇ ਨੇਤਾ ਤੇ ਬਿਹਾਰ ਦੇ ਸਾਥਕ ਕੋ ਉਪ ਮੁੱਖ ਮੰਤਰੀ ਸੁਸ਼ੀਲ ਕੁਮਾਰ ਮੋਦੀ ਨੂੰ ਵੀ ਸ਼ਰਧਾਂਜਲੀ ਭੇਟ ਕੀਤੀ ਜਿਨ੍ਹਾਂ ਦਾ ਹਾਲ ਹੀ ਵਿੱਚ ਦੇਹਾਂਤ ਹੋ ਗਿਆ ਸੀ ਉਹ ਪਟਨਾ ਦੇ ਰਾਜੇਂਦਰ ਨਗਰ ਸਥਿਤ ਸਵਰਗੀ ਸੀਨੀਅਰ ਭਾਜਪਾ ਨੇਤਾ ਦੇ ਘਰ ਗਏ ਅਤੇ ਦੁਖੀ ਪਰਿਵਾਰਕ ਮੈਂਬਰਾਂ ਨਾਲ ਹਮਦਰਦੀ ਜਤਾਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ 23 ਅਤੇ 24 ਮਈ ਨੂੰ ਚੋਣ ਪ੍ਰਚਾਰ ਲਈ ਪੰਜਾਬ ਆ ਰਹੇ ਨੇ ਅਤੇ 23 ਮਈ ਨੂੰ ਪਟਿਆਲਾ ਤੇ 24 ਮਈ ਨੂੰ ਜਲੰਧਰ ਤੇ ਗੁਰਦਾਸਪੁਰ ਵਿੱਚ ਰੈਲੀ ਕਰਨਗੇ। ਪ੍ਰਧਾਨ ਮੰਤਰੀ ਦੀ ਸੁਰੱਖਿਆ ਨੂੰ ਲੈ ਕੇ ਵੱਖ-ਵੱਖ ਏਜੰਸੀਆਂ ਨੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਨੇ। ਸਥਾਨਕ ਪੁਲਿਸ ਨੇ ਪਹਿਲਾਂ ਹੀ ਅਲਰਟ ਜਾਰੀ ਕਰ ਦਿੱਤਾ ਅਤੇ ਗੁਜਰਾਤ ਪੁਲਿਸ ਦੀਆਂ ਦੋ ਕੰਪਨੀਆਂ ਵੀ ਜਲੰਧਰ ਪਹੁੰਚ ਗਈਆਂ ਨੇ। ਹਲਕੇ ਮੁਤਾਬਕ ਸ਼੍ਰੀ ਮੋਦੀ ਦੀ ਰੈਲੀ ਦੀ ਪੂਰੀ ਨਿਗਰਾਨੀ ਗੁਜਰਾਤ ਪੁਲਿਸ ਦੇ ਹੱਥ ਵਿੱਚ ਹੋਏਗੀ ਹਾਲਾਂਕਿ ਅਧਿਕਾਰੀਆਂ ਦਾ ਕਹਿਣਾ ਹੈ ਕਿ ਚੋਣਾਂ ਲਈ ਬਾਹਰਲੇ ਸੂਬਿਆਂ ਤੋਂ ਪੁਲਿਸ ਕੰਪਨੀਆਂ ਪੰਜਾਬ ਆਬ ਆ ਰਹੀਆਂ ਨੇ ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕੱਲ ਪਟਪੜਗਨ, ਸ਼ਾਦਰਾ ਅਤੇ ਗਾਂਧੀਨਗਰ ਖੇਤਰਾਂ ਵਿੱਚ ਲੋਕਾਂ ਨਾਲ ਗੱਲਬਾਤ ਕੀਤੀ ਜਦਕਿ ਦਿੱਲੀ ਕਾਂਗਰਸ ਦੇ ਪ੍ਰਧਾਨ ਦਿਵਿੰਦਰ ਯਾਦਵ ਨੇ ਪੀਤੀ ਸ਼ਾਮ ਬਵਾਨਾ ਪਿੰਡ ਵਿੱਚ ਦਿਹਾਤੀ ਆਬਾਦੀ ਨੂੰ ਸੰਬੋਧਨ ਕੀਤਾ 6ਵੇਂ ਗੇੜ ਵਿੱਚ ਸ਼ਾਮਿਲ ਇਹਨਾਂ ਹਲਕਿਆਂ ਲਈ ਚੋਣ ਪ੍ਰਚਾਰ ਵੀਰਵਾਰ ਨੂੰ ਸਮਾਪਤ ਹੋਏਗਾ 25 ਮਈ ਦੇ ਅਗਲੇ ਸ਼ਨੀਚਰਵਾਰ ਨੂੰ ਵੋਟਿੰਗ ਹੋਏਗੀ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਹੁਸ਼ਿਆਰਪੁਰ ਦੇ ਜ਼ਿਲ੍ਹਾ ਚੋਣ ਅਫਸਰ ਕਮ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਦੇ ਨਿਰਦੇਸ਼ਾਂ ਤੇ ਸਰਵਨੰਤ ਗਿਰੀ ਰੀਜਨਲ ਕੈਂਪਸ ਵਿਖੇ ਸਵੀਪ ਗਤੀਵਿਧੀਆਂ ਤਹਿਤ ਵੋਟਰਾਂ ਨੂੰ ਜਾਗਰੂਕ ਕਰਨ ਲਈ ਇੱਕ ਵੱਡਾ ਵੋਟਰ ਮੇਲਾ ਕਰਵਾਇਆ ਗਿਆ ਖਰਚਾ ਨਿਗਰਾਨ ਪਵਨ ਕੁਮਾਰ ਖੈਤਾਨ ਮੁੱਖ ਮਹਿਮਾਨ ਅਤੇ ਵਧੀਕ ਡੀਸੀ ਜਨਰਲ ਰਾਹੁਲ ਚਾਮਾ ਵਿਸ਼ੇਸ਼ ਮਹਿਮਾਨ ਰਹੇ ਹੁਸ਼ਿਆਰਪੁਰ ਦੇ ਸੱਤ ਵਿਧਾਨ ਸਭਾ ਹਲਕਿਆਂ ਵੱਲੋਂ ਆਪੋ ਆਪਣੇ ਵਿਧਾਨ ਸਭਾ ਹਲਕਿਆਂ ਦੀ ਖਾਸੀਅਤ ਦਰਸਾਉਂਦਿਆਂ ਸੱਤ ਨੁਮਾਇਸ਼ਾਂ ਲਗਾਈਆਂ ਗਈਆਂ ਇੱਕ ਲਿੰਕ ਬੂਥ ਵੀ ਬਣਾਇਆ ਗਿਆ ਜਿਹੜਾ ਸਾਰੇ ਦਾ ਸਾਰਾ ਔਰਤਾਂ ਵੱਲੋਂ ਬਣਾਇਆ ਗਿਆ ਅਤੇ ਔਰਤਾਂ ਵੱਲੋਂ ਹੀ ਇਸ ਦਾ ਪ੍ਰਬੰਧ ਕੀਤਾ ਗਿਆ ਇਸ ਦੇ ਨਾਲ ਹੀ ਇਕੋ ਫ੍ਰੈਂਡਲੀ ਗ੍ਰੀਨ ਬੂਥ ਵੀ ਬਣਾਇਆ ਗਿਆ ਜਿਸ ਤੇ ਸਾਰੀਆਂ ਹੀ ਕੁਦਰਤੀ ਵਸਤਾਂ ਦਾ ਇਸਤੇਮਾਲ ਕੀਤਾ ਗਿਆ ਸੀ ਅਤੇ ਇਸ ਰਾਹੀਂ ਚੁਗਿਰਦੇ ਨੂੰ ਬਚਾਉਣ ਦਾ ਸੁਨੇਹਾ ਦਿੱਤਾ ਗਿਆ ਬਰਨਾਲਾ ਦੇ ਜ਼ਿਲ੍ਹਾ ਚੁਣ ਅਫਸਰ ਕਮ ਡਿਪਟੀ ਕਮਿਸ਼ਨਰ ਪੂਨਮਦੀਪ ਕੌਰ ਤੇ ਦਿਸ਼ਾ ਨਿਰਦੇਸ਼ਾਂ ਤਹਿਤ ਜ਼ਿਲ੍ਹੇ ਪਰਵਿਜ ਵੱਖ-ਵੱਖ ਸਵੀਪ ਗਤੀਵਿਧੀਆਂ ਕਰੀਆਂ ਜਾ ਰਹੀਆਂ ਨੇ ਇਨ੍ਹਾਂ ਤਹਿਤ ਜ਼ਿਲ੍ਹਾ ਸਵੀਪ ਟੀਮ ਨੇ ਪੰਜਾਬ ਮਲਟੀ ਪਰਪਸ ਇੰਸਟੀਚਿਊਟ ਸ਼ਹਿਣਾ ਵਿਖੇ ਨੌਜਵਾਨ ਵੋਟਰਜ਼ ਨੂੰ 1 ਜੂਨ ਨੂੰ ਹੋਣ ਵਾਲੀਆਂ ਲੋਕ ਸਭਾ ਚੋਣਾਂ ਵਿੱਚ ਵੱਧ ਤੋਂ ਵੱਧ ਹਿੱਸੇਦਾਰੀ ਵਧਾਉਣ ਲਈ ਅਤੇ ਬਿਨਾਂ ਕਿਸੇ ਲਾਲਚ ਦੇ ਵੋਟ ਪਾਉਣ ਲਈ ਜਾਗਰੂਕ ਕੀਤਾ। ਇਹ ਖਬਰਾਂ ਤੁਸੀਂ ਆਕਾਸ਼ ਵਾਣੀ ਜਲੰਧਰ ਤੋਂ ਸੁਣ ਰਹੇ ਹੋ। ਭਾਰਤ ਨੇ ਈਰਾਨ ਦੇ ਰਾਸ਼ਟਰਪਤੀ ਡਾਕਟਰ ਸੈਇਦ ਇਬਰਾਹਿਮ ਰਾਈਸੀ ਅਤੇ ਵਿਦੇਸ਼ ਮੰਤਰੀ ਹੁਸੈਨ ਅਮੀਰ ਅਬਦਲਿਆਨ ਦੀ ਹੈਲੀਕਾਪਟਰ ਹਾਦਸੇ ਵਿੱਚ ਹੋਈ ਮੌਤ ਤੇ ਸਨਮਾਨ ਵੱਚੋਂ ਅੱਜ ਇੱਕ ਦਿਨ ਦੇ ਰਾਸ਼ਟਰੀ ਸੋਗ ਦਾ ਐਲਾਨ ਕੀਤਾ ਹੈ ਅੱਜ ਦੇਸ਼ ਭਰ ਵਿੱਚ ਉਹਨਾਂ ਸਾਰੀਆਂ ਇਮਾਰਤਾਂ ਤੇ ਰਾਸ਼ਟਰੀ ਝੰਡਾ ਅੱਧਾ ਚੁਕਾਇਆ ਜਾਏਗਾ ਜਿੱਥੇ ਰਾਸ਼ਟਰੀ ਝੰਡਾ ਲਗਾਤਾਰ ਲਹਿਰਾਇਆ ਜਾਂਦਾ ਹੈ ਇਸ ਦਿਨ ਕੋਈ ਅਧਿਕਾਰਤ ਪ੍ਰੋਗਰਾਮ ਨਹੀਂ ਹੋਏਗਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਵਿਦੇਸ਼ ਮੰਤਰੀ ਡਾਕਟਰ ਐਸ ਜੇ ਸ਼ੰਕਰ ਨੇ ਡਾਕਟਰ ਸੈਇਦ ਇਬਰਾਹਿਮ ਰਾਈਸੀ ਅਤੇ ਹੁਸੈਨ ਅਮੀਰ ਅਬਦੁੱਲਾਹ ਯਾਨ ਤੇ ਦੇਹਾਂਤ ਤੇ ਸੂਪਰਗਟ ਕੀਤਾ ਹੈ ਉੱਤਰਾਖੰਡ ਵਿੱਚ ਚਾਰ ਧਾਮ ਯਾਤਰਾ ਦੌਰਾਨ ਸਰਦਾਲਵਾ ਦੀ ਵੱਡੀ ਗਿਣਤੀ ਨੂੰ ਦੇਖਦੇ ਆਫਲਾਈਨ ਰਜਿਸਟ੍ਰੇਸ਼ਨ 31 ਮਈ ਤੱਕ ਮੁਕੰਮਲ ਕਰ ਦਿੱਤੀ ਜਾਏਗੀ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਚਾਰਤਾਂਮ ਯਾਤਰਾ ਦੀ ਸਬੰਧ ਵਿੱਚ ਕਲਦੇਰਾ ਦੂਨ ਵਿੱਚ ਇੱਕ ਮੀਟਿੰਗ ਦੌਰਾਨ ਇਹ ਹਦਾਇਤਾਂ ਜਾਰੀ ਕਰਦੇ ਆ ਅਧਿਕਾਰੀਆਂ ਨੂੰ ਸ਼ਰਧਾਲੂਆਂ ਦੀ ਆਮਦ ਦੇ ਪ੍ਰਬੰਧ ਲਈ ਟੂਰ ਆਪਰੇਟਰਾਂ ਲਈ ਦਿਸ਼ਾ ਨਿਰਦੇਸ਼ ਤਿਆਰ ਕਰਨ ਤੇ ਨਿਰਦੇਸ਼ ਦਿੱਤੇ। ਇਸ ਹਨ ਰਾਜ ਦੇ ਚਾਰੇ ਥਾਮਾਂ ਵਿੱਚ ਸ਼ਰਧਾਲੂਆਂ ਦੀ ਆਵਾਜਾਈ ਸੂਚਾਰੂ ਢੰਗ ਨਾਲ ਜਾਰੀ ਹੈ। ਪਿਛਲੇ 10 ਦਿਨਾਂ ਵਿੱਚ ਲਗਭਗ 7 ਲੱਖ ਸ਼ਰਧਾਲੂ ਕੇਦਾਰਨਾਥ, ਪਤਰੀਨਾਥ, ਗੰਗੋত্রী ਅਤੇ ਯਮਨੋਤਰੀ ਧਾਮ ਦਰਸ਼ਨ ਕਰ ਚੁੱਕੇ ਨੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮੱਧ ਪ੍ਰਦੇਸ਼ ਵਿਖੇ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਗੁਰਦੁਆਰਾ ਸ੍ਰੀ ਗੁਰੂ ਨਾਨਕ ਘਾਟ ਉਜੈਨ ਵਿਖੇ ਸਿੱਖ ਮਿਸ਼ਨ ਸਥਾਪਿਤ ਕਰਨ ਦੇ ਨਾਲ ਨਾਲ ਸਿੱਖ ਸੰਗਤਾਂ ਦੀ ਸਹੂਲਤ ਲਈ ਗੁਰੂ ਨਾਨਕ ਨਿਵਾਸ ਦੀ ਨਵੀਂ ਬਣਾਈ ਗਈ ਇਮਾਰਤ ਦਾ ਉਦਘਾਟਨ ਕੀਤਾ ਗਿਆ। शोमनी कमेटी ਵੱਲੋਂ ਇਸ ਦੀ ਸੇਵਾਕਾਰ ਸੇਵਾ ਬਾਬਾ ਕਸ਼ਵੀਰ ਸਿੰਘ ਪੂਰੀ ਵਾਲਿਆ ਰਾਹੀਂ ਕਰਵਾਈ ਗਈ ਹੈ। ਸ਼ੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵੱਲੋਂ ਪੁਜੇ ਕਮੇਟੀ ਦੇ ਜਨਰਲ ਸਕੱਤਰ ਭਾਈ ਰਾਜਿੰਦਰ ਸਿੰਘ ਮਹਿਤਾ ਨੇ ਨਿਵਾਸ ਦਾ ਉਦਘਾਟਨ ਕੀਤਾ। ਇਸ ਮੌਕੇ ਉਨ੍ਹਾਂ ਕਿਹਾ ਕਿ ਕਮੇਟੀ ਵੱਲੋਂ ਜਨਵਰੀ ਵਿਖੇ ਪਹਿਲੇ ਪਾਤਸ਼ਾਹੀ ਨਾਲ ਸੰਬੰਧਿਤ ਗੁਰਦੁਆਰਾ ਸ੍ਰੀ ਗੁਰੂ ਨਾਨਕਾ ਸਾਹਿਬ ਦੀ ਸੇਵਾ ਸਮਾਜਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਪ੍ਰਬੰਧ ਰਾਹੀਂ ਕੀਤੀ ਜਾ ਰਹੀ ਹੈ। ਸ਼ੋਮਣੀ ਕਮੇਟੀ ਸਥਾਨ ਤੇ ਜ਼ਰੂਰਤ ਅਨੁਸਾਰ ਕਾਰਜ ਕਰਵਾ ਰਹੀ ਹੈ। ਭਾਰਤੀ ਮੌਸਮ ਵਿਭਾਗ ਨੇ ਉੱਤਰ ਪੱਛਮੀ ਭਾਰਤ, ਉੱਤਰੀ ਮੱਧ ਪ੍ਰਦੇਸ਼ ਅਤੇ ਗੁਜਰਾਤ ਦੇ ਮੈਦਾਨੀ ਖੇਤਰਾਂ ਵਿੱਚ ਅਗਲੇ 4 ਦਿਨਾਂ ਲਈ ਗੰਭੀਰ ਗਰਮੀ ਦੀ ਸਥਿਤੀ ਲਈ ਰੈਡ ਅਲਰਟ ਜਾਰੀ ਕੀਤਾ ਹੈ। ਆਈਐਮਡੀ ਨੇ ਕਿਹਾ ਕਿ ਇਸ ਮਹੀਨੇ ਦੀ 24 ਤਰੀਕ ਤੱਕ ਪੰਜਾਬ, ਹਰਿਆਣਾ, ਚੰਡੀਗੜ੍ਹ, ਦਿੱਲੀ, ਪਸ਼ਚੀ ਰਾਜਸਥਾਨ, ਪੱਛਮੀ ਉੱਤਰ ਪ੍ਰਦੇਸ਼, ਪੂਰਬੀ ਰਾਜਸਥਾਨ ਅਤੇ ਉੱਤਰ ਪੱਛਮੀ ਮੱਧ ਪ੍ਰਦੇਸ਼ ਵਿੱਚ ਹੀਟ ਵੇਵ ਤੋਂ ਲੈ ਕੇ ਗੰਭੀਰ ਗਰਮੀ ਦੀ ਲਹਿਰ ਦੇ ਹਾਲਾਤ ਜਾਰੀ ਰਹਿਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਨੇ ਅਗਲੇ ਪੰਜ ਦਿਨਾਂ ਤੱਕ ਭਾਰਤ ਦੇ ਦੱਖਣੀ ਹਿੱਸੇ ਵਿੱਚ ਭਾਰੀ ਬਾਰਿਸ਼ ਲਈ ਔਰੇਂਜ ਅਲ आईपीएल क्रिकेट में क्वालिफायर क्वालीफायर सनराइजर्स हैदराबाद अहमदाबाद के नरेन्द्र मोदी स्टेडियम में कोलकाता नाइट राइडर्स न मुकाबला होगा मैच अज शाम साढ़े सात बजे शुरू होएगा दूजा क्वालीफायर भलके से मैदान ते राजस्थान रॉयल्स रॉयल चैलेंजर्स बंगलौर विचाले खेडया जायेगा ਵਿਸ਼ੂ ਪੈਰਾਥਲੈਟਿਕਸ ਚੈਂਪੀਅਨਸ਼ਿਪ ਚ ਭਾਰਤ ਦੀ ਦੀਪਤੀ ਜੀਵਨਜੀ ਨੇ ਜਾਪਾਨ ਵਿੱਚ ਔਰਤਾਂ ਦੀ 400 ਮੀਟਰ T20 ਵਰਗ ਦੀ ਦੌੜ ਚ ਸੋਨ ਤਮਗਾ ਜਿੱਤੇ ਉਸਨੇ 55.07 ਸੈਕਿੰਡ ਦੇ ਸਮੇਂ ਨਾਲ ਨਵਾਂ ਵਿਸ਼ਵ ਰਿਕਾਰਡ ਵੀ ਬਣਾਇਆ ਜਿਸਨੇ ਅਮਰੀਕਾ ਦੀ ਬ੍ਰੀਨਾ ਕਲਾਰਕ ਦੁਆਰਾ ਬਣਾਏ 55.12 ਸੈਕਿੰਡ ਦੇ ਪਿਛਲੇ ਰਿਕਾਰਡ ਨੂੰ ਪਛਾੜ ਦਿੱਤਾ ਹੈ ਆਖਰਸ਼ਖਾਸ ਖਬਰ ਇੱਕ ਵਾਰ ਫਿਰ ਲੋਕ ਸਭਾ ਚੋਣਾਂ ਦੇ ਪੰਜਵੇਂ ਗੇੜ ਲਈ ਕਲਬੋਟਾ ਅਮਨਪੁਰਨ ਟਾਂਗਨਾਲ ਪਈ ਹੈ ਸਕੇਟ ਦੀ ਬੋਲਿੰਗ ਚ ਕੋਈ 60% ਤੋਂ ਵੱਧ VOTING ਦਰਜ ਕੀਤੀ ਗਈ ਚੋਣਾਂ ਦੇ ਬਾਕੀ ਗੇੜਾਂ ਲਈ ਤਿੱਖਾ ਪ੍ਰਚਾਰ ਜ਼ੋਰਾਂ ਤੇ ਹੈ ਪ੍ਰਧਾਨ ਮੰਤਰੀ ਅਤੇ ਭਾਜਪਾ ਦੇ ਸੀਨੀ ਨੇਤਾ ਨਰਿੰਦਰ ਮੋਦੀ ਅੱਜ ਆਪ ਨੇ ਪਾਰਲੀਮਾਨੀ ਖੇਤਰ ਵਾਲਾ ਨਸੀ ਵਿੱਚ 25000 ਤੋਂ ਵੱਧ ਔਰਤਾਂ ਨਾਲ ਗੱਲਬਾਤ ਕਰਨਗੇ ਕਿ ਭਾਰਤ ਨੇ ਈਰਾਨ ਦੇ ਰਾਸ਼ਟਰਪਤੀ ਡਾਕਟਰ ਸੈਇਦ ਇਬਰਾਹਿਮ ਰਾਈਸੀ ਅਤੇ ਵਿਦੇਸ਼ ਮੰਤਰੀ ਹੁਸੈਨ ਅਮੀਰ ਅਬਦੁੱਲਯਾਨ ਦੀ ਹੈਲੀਕਾਪਟਰ ਹਾਦਸੇ ਵਿੱਚ ਹੋਈ ਮੌਤ ਤੇ ਸਨਮਾਨ ਵੱਜੋਂ ਅੱਜ ਇੱਕ ਦਿਨ ਦੇ ਸਰਕਾਰੀ ਸੋਗ ਦਾ